हे पौनावाली माता तेरी सलाम जय कारा परम पूज्य मालका जी दा और सांझे दरबार की जय।
ਤੇਰੀ ਸਦਾ ਸਭੀ ਮਨੋਕਾਮਨਾ ਪੂਰੀ ਕਰਨ ਵਾਲੀ ਮਾਤਾ ਤੇਰੀ ਸਦਾ ਸਭੇ ਦੁੱਖ ਦਿਲ ਤੇ ਦੂਰ ਕਰਨ ਵਾਲੀ ਮਾਤਾ ਤੇਰੀ ਸਦਾ ਜੀਵੋ ਆਪਣਾ ਵੀਰ ਠਾਕੁਰ ਤੇਰੀ ਸਦਾ ਜਿਕਰੇ ਵਾਲੇ ਨੂੰ ਮਿੱਟੀਆਂ ਮਰਾਦਾ ਬੋਲ ਸਾਚੇ ਦਰਬਾਰ ਕੀ ਜੈ ਰੋਜ ਖਰਾਬ ਲਾਏਗਾ ਖੁੱਲੇ ਖੁੱਲੇ ਦਰਸ਼ਨ ਪਾਏਗਾ ਬੋਲ ਸਾਚੇ ਦਰਬਾਰ ਕੀ ਜੈ ਜਿਕਰੇ ਦਸ ਵਾਰ ਓਮ ਗਨ ਗਨ ਗਨਾਥਪਤੀ ਦਾ ਜਾਪ ਕਰਕੇ ਮਾਂ ਭਗਵਤੀ ਵੈਸ਼ਨੋ ਰਾਣੀ ਜੀ ਦੀ ਪਾਵਨ ਪਵਿੱਤਰ ਔਰ ਸੁੰਦਰਤਮ ਜੋਤੀ ਤੇ ਔਰ ਸ਼੍ਰੀ ਗਣਪਤੀ ਮਹਾਰਾਜ ਤੇ ਸਭ ਨੇ ਵੰਦੇ ਨਾਲ ਫੁੱਲਾਂ ਦੀ ਵਰਸ਼ਾ ਕਰਨੀ ਹੈ।
Thank you.
अपने तन मन पवित्र करिए और आनंद की अनुभूति करके भगवंत के चरण च बैठ के माता मंगल गाइए। सारी ही संगत ने बड़े ही जोश नाल भगवंत माता के चरण च माता जी घोष करता है। हे मई सच्ची बैठी महारानी दे पावन दर्शन जिन्हें जिन्हें भी गीतिया ने जाके दीप की है बहुत ही सौभाग्यशाली नतमस्तक होके माता के चरण च सर चुकाने वाले महारानी ने खुले खुले दर्शन देके सब के चेहरे से खुशियां बख्श के अपने घर परताया है। जग चन्नी दे पावन पवित्रतम चरणा च बैठ के अज सारे ही इकट्ठे होके महाराणी का शुक्र गुजार करने वास्ते उसके शुक्राने लई महाराणी के सच्ची सुची उच्ची जोत दे अगे बैठे हैं। सुंदर सुंदर पहाड़ा छह माली
तीन पिंडिया स्वरूप बैठी हुई महा सरस्वती महालक्ष्मी महाकालिका दी पावन पवित्रतम दर्शन दे बाद और इस साल की शुरुआत के तीसरे महीने 16 मार्च वाले दिन जिहड़े असीं नेम शुरू कीते सारे साल भगवती ने पावन पवित्रतम विदा दे के सब दे सिर ते अपना मेहंदी रंगी हाथ रख के साडे नेम लिखे लाए और महाराणी की हाजरी करन वाले दे बेड़े मां पार करती है और हुण मां दे दर्शनां नूं माता दे दरबार दे विच जाके मां दे दर्शन करके परत के मां दे चरणां च बैठ के भगवती दा शुकराना करन लई बैठे हां। आओ एक बार हो एक बार फिर सुंदर जय घोष ताजे कारा माई के चरणां च लगाइए ताकि राज देवा भगवती माता रानी प्रसन्न वदन होवे और विंत माई के चरणां मां दा शुकराना सब रल पक्के करिए बड़े प्रेम नाल सब ने मां दा जय घोष करो। हे माई सच्चिया Yeah.
Thank you.
ਕਰਾਈਏ ਮਾਤਾ ਕਲਿਆਣ ਕਰਨ ਵਾਲੀ ਬੈਠੀ ਹੈ ਪ੍ਰੇਮ ਨਾਲ ਮਿਲ ਕੇ ਹੇ ਮਾਈ ਸੁਣਿਆ ਪਾਵਨ ਚਰਨਾਂ ਚ ਨਤਮਸਤਕ ਹੋ ਕੇ ਬੜੇ ਹੀ ਪ੍ਰੇਮ ਨਾਲ ਉਹਨਾਂ ਦਾ ਸਤਿ ਗਾਨ ਪਿਆਰ ਦੇ ਨਾਲ ਗਾ ਕੇ ਰਸਤਾ ਨੂੰ ਪਵਿੱਤਰ ਕਰਨਾ ਹੈ ਮਾਈ ਬੈਠੀ ਹੈ ਸੁੰਦਰ ਸੁੰਦਰ ਚੋਲਾ ਪਾ ਕੇ ਸ਼ਿੰਗਾਰ ਕਰਕੇ ਮਾਂ ਦਾ ਸ਼ੁਕਰਾਨਾ ਕਰਨ ਵਾਸਤੇ ਸਾਰੇ ਇਕੱਠੇ ਹੋ ਕੇ ਭਗਵਤ ਦੇ ਚਰਨਾਂ ਚ ਬੈਠੇ ਹਾਂ ਸਭ ਤੋਂ ਪਹਿਲਾਂ ਸ੍ਰੀ ਗਣੇਸ਼ ਜੀ ਮਹਾਰਾਜ ਦੇ ਚਰਨਾਂ ਚ ਪ੍ਰਾਰਥਨਾ ਪਿਆਰ ਦੇ ਨਾਲ ਇੱਕ ਇੱਕ ਬੋਲ ਸੁਣ ਕੇ ਮਾਈ ਦੇ ਚਰਨਾਂ ਵਿੱਚ ਬੈਠ ਕੇ ਪਿਆਰ ਨਾਲ ਬੋਲ ਕੇ ਸਾਰੀ ਸੰਗਤ ਤੇ ਰਸਤਾ ਨੂੰ ਪਵਿੱਤਰ ਕਰਨਾ ਹੈ ਗਣਪਤ ਉਸਤਾ ਬੜੇ ਹੀ ਪ੍ਰੇਮ ਨਾਲ ਮਿਲ ਕੇ ਸਭ ਦੇ ਮਿਲ ਕੇ ਪਿਆਰ ਨਾਲ ਗਾਉਂਦੇ ਹਾਂ ਆਹ
आज वास करने वाली देवा का बोल बाटे दरबार की जय। Oh, yeah.
ਖੂਬ ਵਧਾਈਆਂ ਦਿੱਤੀ ਸੀ ਵੀ ਤੈਨੂੰ ਬਹੁਤ ਬਹੁਤ ਵਧਾਈ ਹੈ, ਮਾਈ ਦਾ ਦਰਸ਼ਨ ਕਰਦੇ ਹੈ। Oh, my God.
ਨਹੀਂ ਦੇਸੀ ਰਹਿਣਾ ਦਾਤੀ ਸੁਖਾ ਸੋ ਬੈਠੀ ਦਿਲ ਖਾੜੇ ਸ਼ਿਕਾਇਆ ਪਤਲਾ
ਪਹਾੜੀ ਜਿਹੜੇ ਬੰਦੇ ਸੀ ਉਹਨੂੰ ਬੜੇ ਭੋਲੇ ਸਮਝਿਆ ਜਾਂਦਾ ਸੀ ਕਿ ਉਹ ਪ੍ਰਿੰਸ ਜੈ ਮਾਤਾ ਉਹ ਸਰਾਵਾਂ ਖੋਲ ਕੇ ਦਿੰਦੇ ਸੀ ਉਹਨੂੰ ਬਲਛਾ ਵੀ ਸੀ ਜਾਣਦੇ ਭੋਲਾ ਭਲਾ ਪਹਾੜੀ ਆ ਮਾਂ ਨੂੰ ਬਲਛਾ ਮੂਲ ਨਾ ਜਾਣੇ ਜਿਹੜੇ ਪਰਸਨ ਆਣ ਯਾਤਰੂ ਉਹਨਾਂ ਨੂੰ ਜਗ੍ਹਾ ਖੋਲ ਕੇ ਤੁਸੀਂ ਇਸ ਕਮਰੇ ਚ ਰੁਕਣਾ ਤੁਸੀਂ ਇਸ ਕਮਰੇ ਚ ਰੁਕਣਾ ਉਹ ਖੁਦ ਦੇ ਦੇ ਖੋਲ ਠਿਕਾਣਾ ਔਰ ਅੱਗੋਂ ਕਹਿੰਦੇ ਸੀ ਯਾਤਰੂ ਕਿ ਮਾਤਾ ਦਾ ਦਰਸ਼ਨ ਕਰਵਾ ਦੇ ਨਾਂ ਲਿਖ ਕੇ ਯਜਮਾਨ ਬਣਾ ਦੇ ਤੇ ਅੱਜ ਹੀ ਹੋ ਕੇ ਪਰਸੀ ਮਾਤਾ ਹੁਣ ਤੇ ਖੈਰ ਸਭ ਬਦਲ ਗਿਆ ਪੁਰਾਣੀ ਪਰੰਪਰਾ ਦੀ ਪ੍ਰਵਾਹੀ ਖੇਡ ਹੈ ਅੱਜ ਸਭ ਜ਼ਿੰਦਗੀ ਹੋਈ ਅੱਜ ਹੀ ਹੋ ਕੇ ਪਰਸੀ ਮਾਤਾ ਮੈਂ ਆਵਾ ਗਮਨ ਮਿਟਾਇਆ ਬਚੜਾ ਪਾਉਣ ਪਰਸਦਾ ਕਹੋ ਪ੍ਰੇਮ ਸੇ ਜੈ ਮਾਤਾ ਪਿਆਰ ਨਾਲ ਬੋਲੋ ਜੈ ਮਾਤਾ ਦੀ ਪ੍ਰੇਮ ਨਾਲ ਬੋਲੋ ਜੈ ਮਾਤਾ ਦੀ ਹੋਰ ਅਰਾਧਨਾ ਮਾਈ ਦੇ ਦਰਬਾਰ ਮਿਲ ਕੇ ਮਾਤਾ ਦੇ ਦਰਬਾਰ ਦੀ ਸ਼ੋਭਾ ਔਰ ਮਾਈ ਦੀ ਸ਼ੋਭਾ ਮਿਲ ਕੇ ਗਾਨੇ ਆ ਪਿਆਰ ਨਾਲ ਸੁਣੋ ਔਰ ਪਿਆਰ ਨਾਲ ਗਾ ਕੇ ਰਸਤਾ ਨੂੰ ਪੁੱਜ ਹੈ ਸਭ ਹਾਰ
ਗੰਗਾ ਦੇ ਪ੍ਰਵਾਹ ਦੇ ਦਰਸ਼ਨ ਲਾਲ ਜੀ ਲਿਖਦੇ ਨੇ ਮਾਈ ਦੀ ਗੁਫਾ ਦੇ ਮਾਰ ਦੇ ਮੰਦਰਾਂ ਦੀ ਸ਼ੋਭਾ ਬੜੇ ਪ੍ਰੇਮ ਨਾਲ ਸਾਹਮਣੇ ਕਹਿੰਦੇ ਰੁੱਤ ਸੋਹਣੀ ਹੈ ਰੁੱਤ ਪਿਆਰੀ ਹੈ ਸੋਹਣੀ ਬਹਾਰ ਸਾਰੀ ਸੰਗਤ ਨੂੰ ਨਿਮੰਤਰਣ ਹੈ ਕਿਉਂਕਿ ਮਾਲਕ ਸਾਡੇ ਤੇ ਖੁੱਲੇ ਦਿਲ ਦੇ ਵਿੱਚ ਬੈਠੇ ਰਹਿੰਦੇ ਸਨ ਜਿਹੜਾ ਆਵੇ ਰਾਜੀ ਜਾਵੇ ਤੇ ਮੌਜਾਂ ਕਰਦਾ ਰਹੇ ਕਹੋ ਪ੍ਰਿੰਸ ਜੈ ਮਾਤਾ ਪਿਆਰ ਨਾਲ ਬੋਲੋ ਜੈ ਮਾਤਾ ਜੀ ਪਹਿਲੀ ਜਨਵਰੀ ਬੁੱਧਵਾਰ ਲੰਗਰ ਭਾਈ ਦੇ ਕਟਰੇ ਚੌਂਕ ਚ ਮਾਲਕਾਂ ਦੀ ਮਿੱਠੀ ਜੱਚ ਲੱਗੇਗਾ ਪਿਆਰ ਨਾਲ ਸਭ ਨੇ ਪਹੁੰਚਣਾ ਹੈ ਹੁਣ ਇੱਕ ਰਾਤ ਨਾਲ ਹੋਰ ਖਾਵਾਂਗਾ ਤੇ ਸਾਡੇ ਸੁੰਦਰ ਜੀ ਦੀ ਮਾਈ ਦੇ ਚਰਨਾਂ ਚ ਭਗਤ ਦਰਬਾਰ ਦੀ ਸ਼ੋਭਾ ਸੁਣਾਂਗੇ ਆਓ ਮਾਂ ਦੇ ਦਰਬਾਰ ਦੀਆਂ ਬਰਫਾਂ ਦੀਆਂ ਪਹਾੜੀਆਂ ਦੀ ਗੀਤ ਗਾਈਏ ਬੜੀ ਹੀ ਸੁੰਦਰ ਦੇਵ ਦੀ ਉਸਦੀ ਲਿਖੀ ਹੋਈ ਔਰ ਬੜੇ ਪ੍ਰੇਮ ਨਾਲ ਮਿਲ ਕੇ ਸਾਰੀ ਸੰਗਤ ਦੇ ਰਾਤ ਚੜ੍ਹਦੀ ਸੁਣਾਂਗੇ
ਦੀ ਮਾਤਾ ਦੀਆਂ ਸੋਹਣੀਆਂ ਸੁੰਦਰ ਦੁਨੀਆ ਤਾਰਨ ਨੂੰ ਜੜ ਸ਼ੇਰ ਤਿਆਰੀ ਬਦਨੋ ਰੰਗ ਚੂੜਾਏ
ਨਾਲ ਦੀ ਮੂਰਤੀ ਮਾਂ ਤੇਰਾ ਦਰਬਾਰ ਜਿਹੜਾ ਪਰਸ ਕੇ ਆਉਂਦੇ ਨੇ ਤੇਰੇ ਦਰਬਾਰ ਦੀ ਸ਼ੋਭਾ ਕਰਦੇ ਨੇ ਜਿਹੜੇ ਪਰਸ ਆਉਂਦੇ ਤੇਰੇ ਪਵਨ ਦੀ ਕਰਦੇ ਨੇ ਸ਼ੋਭਾ ਜਿਹੜੇ ਪਰਸ ਆਉਂਦੇ ਮਾਂ ਦੇ ਚਰਨ ਪਿਆਰੀ ਰਚਨਾ ਗਾਣੀਏ ਪ੍ਰੇਮ ਨਾਲ ਭਗਵਤ ਦੇ ਪਾਵਨ ਦਰਬਾਰ ਚ ਬੈਠ ਕੇ ਮਾਂ ਦੇ ਸ਼ੁਕਰਾਨੇ ਦੇ ਭਜਨ ਵਾਲੇ ਦਿਨ ਸੁੰਦਰ ਦਰਬਾਰ ਵਿੱਚ ਬੈਠ ਕੇ ਸੁੰਦਰ ਬੰਦਨਾ ਗਾ ਕੇ ਰਸਨਾ ਪਿੱਤਰ Thank you.
ਦਰਬਾਰ ਦੀ
ਸ਼ੋਭਾ ਲਾ ਕੇ ਵਗਨ ਦੀ ਚੰਨ ਤੇ ਹਾਜ਼ਰ ਹੋ Thank you.
Oh,
ਦੇ ਚਰਨਾਂ ਚ ਬੇਨਤੀ ਕਰਕੇ ਫਿਰ ਸ਼ੁਕਰਾਨਾ ਕਰਾਂਗੇ। ਸ਼ੁਕਰਾਨੇ ਦਾ ਬਹੁਤ ਹੀ ਸੁੰਦਰ ਭਾਵ ਮਾਈ ਦੇ ਚਰਨਾਂ ਚ ਪ੍ਰਸਤੁਤ ਕਰਾਂਗੇ। ਉਸ ਤੋਂ ਬਾਅਦ ਭੋਗ ਪਏਗਾ, ਚਰਨਾਮਨ ਪ੍ਰਸ਼ਾਦ ਸਭ ਨੇ ਲੈ ਕੇ ਜਾਣੇ। ਮਹਾਰਾਜ ਜੀ ਸਭ ਨੂੰ ਬਰਕਤਾਂ ਪਾਵੇ, ਸਭ ਨੂੰ ਰਹਿਮਤਾਂ ਦੇਵੇ, ਸਭ ਦੀਆਂ ਚੋਲੀਆਂ ਭਰੇ। ਔਰ ਜਿਹੜੇ ਜਿਹੜੇ ਦਰਸ਼ਨ ਕਰਕੇ ਆਏ ਨੇ, ਮਾਂ ਸਭ ਦਾ ਕਲਿਆਣ ਕਰਨ ਵਾਸਤੇ ਬੈਠੀ ਹੈ। ਆਓ ਪਿਆਰ ਦੇ ਨਾਲ ਪੁੱਜ ਮਾਤ ਕਹਿੰਦਾ ਚਾਹੁੰਦਾ ਚੁੱਪ ਜੀ ਦੀ ਪ੍ਰਾਰਥਨਾ ਬੜੇ ਪ੍ਰੇਰਨਾ ਵਿੱਚ ਦੇਖਣ। ਫੜਦਾ ਨਾ ਸਾਡੀ ਮਾਂ ਅਸਾਂ ਤੇ ਚਰਨ ਸੀ, ਚਰਨ ਤੇ ਨਾ ਮਿਲਦੀ ਮਾਂ ਅਸਾਂ ਤੇ ਚਰਨ ਸੀ। ਸਾਰੇ
19 वर्ष बीत गया है, बीतने वाला है। और माई के दरबार के विच जिहड़ा 16 मार्च नूं असीं मीम शुरू कीते सन, मां दे नराते होए, मां दे पंद्रवाड़े होए, भजन कीर्तन होया, मां ने खुले खुले दर्शन दिते, चिंतपुर्णी ज्वाला कांगड़ा सब दे चरणा विच, और माई दे चरणा च मिल के मां दा शुकराना गाइए। वादा ही पावे माता रानी, मैं चार अंतरे लिख के लिया सी, शुद्ध जी लिख के लिया, वादा पै गया, वो भी असी गाना हमें पांच स्टेप से गावा, तो वो प्रेम से जय माता सुनंदर जी का अंतरा सुंदर जी को गा बड़े प्यार के नाल इसको निभा के प्रेम नाल मान का शुक्राना गा के समापन करिए। और उसके बाद आप सौंप दिया इस जीवन का संभार तुम्हारे हाथों में है, जीत तुम्हारे हाथों में, हार तुम्हारे हाथों में, कहते परम पुत्र नाम लेके अपने रस्ता पुत्र करके गाइए। आओ मां का शुक्राना बड़े प्रेम नाल, सब नु याद है, थोड़ा जा हिल दिल के करना पड़ता है क्योंकि तरीक जो निकलती है कोई मुताबिक सीधे सीधे शब्द में कोई मुश्किल नहीं लिखा, सारे नु याद होंगे और सारे गुनगुनाएंगे और गाना भी सारे ने कहो जय माता दी, जोर से बोलो आवाज नहीं आती, मैं नहीं सुनिया, जीपा नहीं तसदी, मुल नहीं लगता, मैं भी बोला गांधे जाओ मां कल्याण करे, बड़े प्यारे बोल माई के चरण में जगह। तेरा शुक्रिया कैसे सपनों दर्श दिखाए कृपा Oh,
ਜਿਹੜੇ ਪੈਦਲ ਜਾ ਰਹੇ ਨੇ ਦਰਸ਼ਨ ਕਰਕੇ ਪਰਖ ਚ ਆ ਰਹੇ ਨੇ ਦਰਸ਼ਨ ਮਾਤਾ ਰਾਣੀ ਦਿੰਦੀ ਹੈ ਮੰਗਲਵਾਰ ਦਾ ਦਿਨ ਸੀ ਮੰਗਲਕਾਰੀ ਆਹ
Yeah.
Yeah.
साल सब दे वास्ते बहुत ही लाभकारी होवे, सब नु खुशियां दवे, सब दे चेहरे मुस्कुरांदे रहन, हसदे रहन, गांदे रहन ते मां दा नाम ते आंदे रहन। मेरे वल्लों सारिआं नु आने वाले नवें साल दा हैप्पी न्यू ईयर अज ही कह दिता, क्योंकि हुण असीं 2020 च मिलना है, 2019 बीत गया, मां दा शुकराना कर लिया है। सब नु क्रिसमस दीआं वी वधाइयां, सब नु नवें साल दीआं वी वधाइयां, मठियाइयां, शहनाइयां, सब कुछ जय जयकार। सब वास्ते नवा नवा साल बहुत बहुत मुबारक होवे। माता रानी अपना आशीर्वाद बच्चे सारे नु हैप्पी न्यू ईयर। जगारा शेरा वाली दा हैप्पी न्यू ईयर। बिल्टू भाई ठीक है? सेम टू यू। हेलो मेरा दा जेटा वाए ते दर्जन एक बार मा, ते मेरा दा जेटा वाए ते दर्जन एक बार मा, ते मेरा दा जेटा वाए ते दर्जन एक बार मा, ते मेरा दा जेटा वाए ते दर्जन एक बार मा, ते मन पवना पौता पौता आया तेरे दवार मा, दे मेरा दा जिंदा माए दे दर्शन इक बार मा, तू माया पे आदमानी कंचन करते आया, ਮੇਰੇ ਚਰਨਾਂ ਵਿੱਚ ਮੈਂ ਮਲ ਮਲ ਕੇ ਨਾ,
ਸੀਤਾ ਮਾਏ ਦੇ ਦਰਸ਼ਨ ਇੱਕ ਵਾਰ ਸੂਰਜ ਚੰਦ ਸਿਤਾਰੇ ਚਮਕਣ ਚਮਕੇ ਤੇਰੀ ਜੋਤੀ ਸੂਰਜ ਚੰਦ ਸਿਤਾਰੇ ਚਮਕਣ ਚਮਕੇ ਤੇਰੀ ਜੋਤੀ ਮਾਤਾ ਦੀਵਾਨਾ ਪਵਨ ਮਾਲਾ ਸਦਾ ਨਾਲ ਪਰੋਤੀ ਖੁਸ਼ੀਆਂ ਵਿੱਚ ਚੋਲੀ ਮੇਰੀ ਵੇਲਾ ਹੀ ਕਰਮ ਸਵਾਰ ਮਾਂ ਦੇ ਮੇਰਾ ਦਾ ਚਿੱਤਾ ਮਾਏ ਦਰਸ਼ਨ ਇੱਕ ਵਾਰ ਮਾਂ ਖੁਸ਼ੀਆਂ ਵਿੱਚ ਚੋਲੀ ਮੇਰੀ ਮੇਰਾ ਹੀ ਕਰਮ ਸਵਾਰ ਮਾਂ ਦੇ ਮੇਰਾ ਦਾ ਚਿੱਤਾ ਮਾਏ ਦੇ ਦਰਸ਼ਨ ਇੱਕ ਵਾਰ ਮਾਂ ਉਲੇਲੇ ਮਹਾ ਵਧਾਈਆਂ ਉਲੇਲੇ ਮਹਾ ਵਧਾਈਆਂ ਸੱਚੀਆਂ ਜੋਤਾਂ ਵਾਲੀ ਮਾਤਾ